ਕੀ ਸਾਖੀ ਅੰਮ੍ਰਿਤ ਬਾਣੀ ਜਿਏ ਕੀ ਬਿਰਥਾ ਹੋਏ ਸੋ ਗੁਰਪੈ ਅਰਦਾਸ ਕਰ ਛੋੜ ਸਿਆਨ ਬਸਗਲ ਮੰਤਨ ਅਰਪਤਰ ਅਰਦਾਸ ਦਾ ਮਤਲਬ ਹੁੰਦਾ ਆ ਆਪਣੇ ਮਾਲਕ ਆਪਣੇ ਗੁਰੂ ਦੇ ਅੱਗੇ ਬੇਨਤੀ ਪ੍ਰਾਰਥਨਾ ਜੋਦੜੀ ਅਰਜ਼ੋਈ ਕਰਨਾ ਕੁਝ ਮੰਗਣਾ ਤੇ ਸ਼ੁਕਰਾਨਾ ਕਰਨਾ ਵੈਸੇ ਤਾਂ ਸਾਰੇ ਧਰਮਾਂ ਦੇ ਵਿੱਚ ਅਰਦਾਸ ਕੀਤੀ ਜਾਂਦੀ ਹੈ ਪਰ ਸਿੱਖ ਧਰਮ ਦੇ ਵਿੱਚ ਗੁਰਮਤ ਦੇ ਵਿੱਚ ਅਰਦਾਸ ਇੱਕ ਖਾਸ ਮਹੱਤਵ ਰੱਖਦੀ ਹੈ ਕਈ ਵਾਰ ਸਾਡੇ ਨਾਲ ਅਜਿਹਾ ਹੁੰਦਾ ਆ ਕਿ ਆਪਾਂ ਪਾਠ ਕਰ ਲੈਨੇ ਆ ਪਰ ਉਪਰੰਤ ਪਾਠ ਕਰਨ ਦੇ ਬਾਅਦ ਅਰਦਾਸ ਨਹੀਂ ਕਰਦੇ ਤੇ ਜੇਕਰ ਕਰਦੇ ਆ ਤਾਂ ਬਹੁਤ ਕਾਲ ਕਰਦੇ ਆ ਅਰਦਾਸ ਕਰਨ ਦੇ ਵਿੱਚ ਕਈਆਂ ਵੱਲੋਂ ਤਾਂ ਇੱਥੋਂ ਤੱਕ ਕਹਿ ਦਿੱਤਾ ਜਾਂਦਾ ਹੈ ਕਿ ਅਰਦਾਸ ਨਹੀਂ ਕਰਨੀ ਚਾਹੀਦੀ ਜੇ ਸਾਰਾ ਕੁਝ ਪਹਿਲਾਂ ਤੋਂ ਪਰਮਾਤਮਾ ਦੀ ਮਰਜ਼ੀ ਦੇ ਵਿੱਚ ਲਿਖਿਆ ਹੋਇਆ ਆ ਉਹੋ ਕੁਝ ਹੀ ਹੋਣਾ ਆ ਬਾਣੇ ਦੇ ਵਿੱਚ ਹੁਕਮ ਦੇ ਵਿੱਚ ਰਹਿਣਾ ਦੱਸਿਆ ਜਾਂਦਾ ਆ ਤਾਂ ਫਿਰ ਅਰਦਾਸ ਕਰਨ ਦੀ ਕੀ ਲੋੜ ਆ ਤੇ ਅੱਜ ਆਪਾਂ ਅਰਦਾਸ ਦੇ ਬਾਬਤ ਕੁਝ ਵਿਚਾਰ ਜਿਹੜੇ ਉਹ ਕਰਾਂਗੇ ਕਿ ਅਰਦਾਸ ਕਰਨੀ ਚਾਹੀਦੀ ਹੈ ਜਾਂ ਫਿਰ ਨਹੀਂ ਗੁਰਬਾਣੀ ਦੇ ਅਨੁਸਾਰ ਗੁਰਬਾਣੀ ਕੀ ਕਹਿੰਦੀ ਹੈ ਅਰਦਾਸ ਦੇ ਪ੍ਰਤੀ ਇਸ ਬਾਰੇ ਪਹਿਲਾਂ ਆਪਾਂ ਤੁਹਾਨੂੰ ਦੱਸ ਦਈਏ ਕਿ ਸਿੱਖ ਰਹਿਤ ਮਰਿਆਦਾ ਦੇ ਅਨੁਸਾਰ ਜੇ ਗੱਲ ਕਰ ਰਹੀਏ ਉਹਦੇ ਵਿੱਚ ਇਹ ਦਰਜ ਹੈ ਕਿ ਅੰਮ੍ਰਿਤ ਵੇਲੇ ਤੇ ਸ਼ਾਮ ਨੂੰ ਸੋਦਰ ਰਹਿਰਾਸ ਉਪਰੰਤ ਅਰਦਾਸ ਕਰਨੀ ਲਾਜ਼ਮੀ ਹੈ ਜ਼ਰੂਰੀ ਹੈ ਇੱਕ ਸਿੱਖ ਦੇ ਵਾਸਤੇ ਤੇ ਫਿਰ ਜਿਹੜੇ ਲੋਕ ਹਮੇਸ਼ਾ ਅਕਾਲ ਪੁਰਖ ਦੇ ਯਾਦ ਦੇ ਵਿੱਚ ਜੁੜੇ ਰਹਿੰਦੇ ਨੇ ਕਦੇ ਉਹਨੂੰ ਵੀ ਸਾਰਦੇ ਨਹੀਂ ਉਹ ਤਾਂ ਹਰ ਵੇਲੇ ਹੀ ਅਰਦਾਸ ਕਰਦੇ ਰਹਿੰਦੇ ਨੇ ਹੁਣ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਅਰਦਾਸ ਹੈ ਕੀ ਅਸਲ ਦੇ ਵਿੱਚ ਅਰਦਾਸ ਸਾਡੀ ਪ੍ਰਮਾਤਮਾ ਦੇ ਨਾਲ ਇੱਕ ਪ੍ਰਕਾਰ ਨਾਲ ਕੀਤੀ ਗੋਸ਼ਟੀ ਹੈ ਗੱਲਬਾਤ ਕਰਨ ਦਾ ਇੱਕ ਤਰੀਕਾ ਆ ਪ੍ਰਮਾਤਮਾ ਜੋ ਕਿ ਹਰ ਵਕਤ ਸਾਡੇ ਅੰਗ ਸੰਗ ਰਹਿੰਦਾ ਆ ਸਾਡੇ ਦਿਲਾਂ ਦੀਆਂ ਵੀ ਜਾਣਦਾ ਆ ਤੇ ਗੁਰਬਾਣੀ ਦੇ ਅਨੁਸਾਰ ਇਹ ਕਹਾ ਗਿਆ ਹੈ ਕਿ ਉਹ ਆਕਾਰਪੁਰਖ ਸਾਡਾ ਸਭ ਕੁਝ ਆ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਬਨੀ ਥਾਈ ਤਾਂ ਪੌਕੇ ਹਾ ਕਾੜਾ ਜਿਓ ਵੈਸੇ ਤਾਂ ਦੁਨੀਆ ਦੇ ਵਿੱਚ ਹੋਰ ਵੀ ਬਹੁਤ ਸਾਰੇ ਰਿਸ਼ਤੇ ਬਥੇਰੇ ਤੁਰੇ ਫਿਰਦੇ ਨੇ ਪਰ ਕਈ ਵਾਰ ਕੀ ਹੁੰਦਾ ਹੈ ਕਿ ਅਸੀਂ ਇਹਨਾਂ ਦੁਨੀਆਵੀ ਰਿਸ਼ਤਿਆਂ ਤੋਂ ਅੱਕ ਜਾਂਦੇ ਹਾਂ ਜਦੋਂ ਇਹ ਦੁਨੀਆਵੀ ਰਿਸ਼ਤੇ ਸਾਡੀਆਂ ਉਮੀਦਾਂ ਤੇ ਖਰੇ ਨਹੀਂ ਉਤਰਦੇ ਸਾਡਾ ਇਹਨਾਂ ਤੋਂ ਮਨ ਅੱਕ ਜਾਂਦਾ ਹੈ ਪਰ ਜਿਹੜਾ ਅਕਾਲ ਪੁਰਖ ਪਰਮਾਤਮਾ ਆਇਆ ਜਿਨੇ ਸਾਨੂੰ ਇੱਥੇ ਬਣਾ ਕੇ ਭੇਜਾਇਆ ਉਹ ਸਾਡੀ ਸਾਰ ਲੈਂਦਾ ਆ ਉਹ ਸਾਡੇ ਦਿਲਾਂ ਦੀਆਂ ਜਾਣਦਾ ਹੈ ਤੇ ਸਾਡੀਆਂ ਲੋੜਾਂ ਦੀ ਪੂਰਤੀ ਵੀ ਕਰਦਾ ਆ ਤੇ ਜੇ ਆਪਾਂ ਇਹਨਾਂ ਦੁਨਿਆਵੀ ਰਿਸ਼ਤਿਆਂ ਦੇ ਨਾਲ ਆਪਣੀ ਕੋਈ ਸਲਾਹ مشਵਰਾ ਕਰਦੇ ਆ ਤਾਂ ਫਿਰ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਆਪਣੇ ਮਨ ਦੀ ਜਿਹੜੀ ਗੱਲਬਾਤ ਆ ਆਪਣਾ ਸਲਾਹ مشਵਰਾ ਆ ਜਾਂ ਸ਼ੁਕਰਾਨਾ ਆ ਉਹ ਆਪਾਂ ਪਰਮਾਤਮਾ ਦੇ ਨਾਲ ਕਰੀਏ ਜਦੋਂ ਆਪਾਂ ਦੁਨੀਆ ਦੇ ਵਿੱਚ ਦੇਖਿਆ ਪਰੋਜ ਵਿੱਚ ਰਹਦੇ ਆ ਆਪਣਾ ਸਭ ਤੋਂ ਕੋਈ ਖਾਸ ਬੰਦਾ ਜਿਹੜਾ ਆ ਤੁਹਾਡਾ ਦੋਸਤ ਆ ਮਿੱਤਰ ਆ ਭੈਣ ਭਰਾ ਆ ਜਾਂ ਕੋਈ ਹੋਰ ਆ ਤਾਂ ਆਪਾਂ ਆਪਣੀ ਹਰ ਇੱਕ ਗੱਲ ਜਿਹੜੀ ਆ ਉਹਦੇ ਨਾਲ ਸਾਂਝੀ ਕਰਦੇ ਆ ਦਿਨ ਭਰ ਦੀ ਤੇ ਇਹੀ ਜੇ ਗੱਲਾਂ ਆਪਾਂ ਪ੍ਰਮਾਤਮਾ ਦੇ ਨਾਲ ਸਾਂਝੀਆਂ ਕਰ ਲਈਏ ਕਿਉਂਕਿ ਇਦਾਂ ਜਿਹੜੇ ਦੁਨੀਆਂ ਦੇ ਲੋਕ ਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਕਈ ਵਾਰ ਬੰਦਾ ਬਹੁਤ ਕੁਝ ਲੁਕੋ ਲੈਂਦਾ ਆ ਕਈ ਵਾਰ ਝਿਜਕ ਮਹਿਸੂਸ ਕਰਦਾ ਆ ਅੱਧਿਕ ਗੱਲ ਅਗਲੇ ਨੂੰ ਦੱਸਦਾ ਆ ਪਰ ਉਸ ਪ੍ਰਮਾਤਮਾ ਦੇ ਨਾਲ ਆਪਾਂ ਆਪਣੇ ਪੂਰੇ ਦਿਲ ਨੂੰ ਖੋਲ ਸਕਦੇ ਆ ਆਪਾਂ ਆਪਣੇ ਆਪ ਨੂੰ ਹਲਕਾ ਮਹਿਸੂਸ ਕਰਦੇ ਆ ਅਰਦਾਸ ਕਰਨ ਦੇ ਨਾਲ ਕੋਈ ਬੰਦਾ ਫਿਰ ਡਿਪਰੈਸ਼ਨ 'ਚ ਨਹੀਂ ਜਾ ਸਕਦਾ ਜੇਕਰ ਮਨ ਤਨ ਦੇ ਨਾਲ ਅਰਦਾਸ ਕੀਤੀ ਜਾਵੇ ਤਾਂ ਅਰਦਾਸ ਕਰਨ ਦੇ ਨਾਲ ਬੰਦੇ ਦਾ ਅਕਾਲ ਪੁਰਖ ਦੇ ਵਿੱਚ ਜਿਨੇ ਸਾਨੂੰ ਇੱਥੇ ਬਣਾ ਕੇ ਭੇਜਿਆ ਆ ਵਾਹਿਗੁਰੂ ਦੇ ਵਿੱਚ ਵਿਸ਼ਵਾਸ ਸ਼ਰਦਾ ਤਾਂ ਪੈਦਾ ਹੁੰਦਾ ਹੀ ਹੈ ਵੱਧਦਾ ਹੀ ਹੈ ਨਾਲ ਦੀ ਨਾਲ ਜਿਸ ਕੰਮ ਨੂੰ ਲੈ ਕੇ ਤੁਸੀਂ ਅਰਦਾਸ ਕਰ ਰਹੇ ਹੋ ਉਸ ਪ੍ਰਤੀ ਵੀ ਤੁਹਾਡੀ ਜਿਹੜੀ ਦ੍ਰਿੜਤਾ ਆ ਵਿਸ਼ਵਾਸ ਆ ਉਹ ਹੋਰ ਵੱਧ ਜਾਂਦਾ ਆ ਸੋ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਕੰਮ ਦੀ ਸਫਲਤਾ ਵਾਸਤੇ ਅਰਦਾਸ ਕੀਤੀ ਜਾਣੀ ਚਾਹੀਦੀ ਹੈ ਤੇ ਕੰਮ ਤੋਂ ਬਾਅਦ ਜਦੋਂ ਤੁਹਾਡਾ ਕੰਮ ਪੂਰਨ ਹੋ ਜਾਂਦਾ ਆ ਤਾਂ ਉਸ ਤੋਂ ਬਾਅਦ ਸ਼ੁਕਰਾਨੇ ਦੀ ਅਰਦਾਸ ਕਰਨੀ ਜ਼ਰੂਰੀ ਹੈ ਤੇ ਅਰਦਾਸ ਜ਼ਰੂਰ ਕਰਨੀ ਚਾਹੀਦੀ ਹੈ ਅਰਦਾਸ ਕਰਨ ਦੇ ਨਾਲ ਜਦੋਂ ਦੇਖੋ ਆਪਾਂ ਘਰ ਤੋਂ ਸਵੇਰ ਨੂੰ ਅਰਦਾਸ ਕਰਕੇ ਬਾਣੀ ਪੜ ਕੇ ਅਰਦਾਸ ਕਰਕੇ ਘਰੋਂ ਨਿਕਲਦੇ ਆ ਤਾਂ ਪੂਰਾ ਦਿਨ ਮਨ ਨੂੰ ਇੱਕ ਸਕੂਨ ਇੱਕ ਤਰਵਾਸਾ ਜਿਹਾ ਬਣਿਆ ਰਹਿੰਦਾ ਹੈ ਕਿ ਅਸੀਂ ਅੱਜ ਅਰਦਾਸ ਕਰਕੇ ਆਏ ਆ ਪ੍ਰਮਾਤਮਾ ਦੇ ਨਾਲ ਸਲਾਹ مشورہ ਕਰਕੇ ਆਏ ਆ ਗੱਲਬਾਤ ਕਰਕੇ ਆਏ ਆ ਉਹਦੀ ਮਨਜ਼ੂਰੀ ਲੈ ਕੇ ਆਪਾਂ ਆਏ ਆ ਆਪਣੀ ਅਰਦਾਸ ਜਿਹੜੀ ਸੀ ਆਪਾਂ ਉਹਨੂੰ ਕਰਿਆ ਆ ਉਹ ਕੰਮ ਵੀ ਸਾਡਾ ਪੂਰਾ ਹੋਵੇਗਾ ਮਨ ਇੱਕ ਤਰ੍ਹਾਂ ਨਾਲ ਚਿੰਤਾ ਮੁਕਤ ਹੋ ਜਾਂਦਾ ਹੈ ਅਰਦਾਸ ਕਰਨ ਤੋਂ ਬਾਅਦ ਤੇ ਫਿਰ ਅਰਦਾਸ ਕਰਨ ਵੇਲੇ ਨਿਮਰਤਾ ਸਬਰ ਭਰੋਸਾ ਆਤਮ ਵਿਸ਼ਵਾਸ ਤੇ ਸ਼ੁਕਰਾਨਾ ਇਹ ਮੂਲ ਆੰਗਿਆ ਅਰਦਾਸ ਦੇ ਇਹਨਾਂ ਨੂੰ ਮਨ ਦੇ ਵਿੱਚ ਧਾਰ ਲੈਣਾ ਚਾਹੀਦਾ ਹੈ ਜ਼ਰੂਰ ਬੰਦੇ ਦੇ ਵਿੱਚ ਹੋਣੀ ਚਾਹੀਦੀ ਹੈ ਜਦੋਂ ਅਰਦਾਸ ਕਰਦੇ ਆ ਸਭ ਤੋਂ ਪਹਿਲਾਂ ਤਾਂ ਨਿਮਰਤਾ ਹੈ ਕਿਉਂ ਜ਼ਰੂਰੀ ਹੈ ਕਿਉਂਕਿ ਜਦੋਂ ਆਪਾਂ ਅਰਦਾਸ ਕਰਦੇ ਆ ਤਾਂ ਬੰਦੇ ਨੂੰ ਨਿਮਰਤਾ ਬੇहद ਜ਼ਰੂਰੀ ਹੈ ਉਹਨੂੰ ਇਹ ਸਮਝਣਾ ਚਾਹੀਦਾ ਆ ਕਿ ਮੈਂ ਬਿਲਕੁਲ ਨਿਮਾਣਾ ਨਤਾਣਾ ਆ ਬੜੇ ਪਿਆਰ ਦੇ ਨਾਲ ਆਪਾਂ ਭਾਵ ਵਾਰ ਕੇ ਪਰਮਾਤਮਾ ਦੇ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਕਿ ਉਹਦੇ ਤੋਂ ਬਿਨਾ ਸਾਡਾ ਕੋਈ ਨਹੀਂ ਹੈ ਨਿਮਰਤਾ ਦੇ ਨਾਲ ਨਿਮਰਤਾ ਵਾਲਾ ਗੁਣ ਮੌਜੂਦ ਹੋਣਾ ਚਾਹੀਦਾ ਫਿਰ ਅੱਗੇ ਆਉਂਦਾ ਆ ਭਰੋਸਾ ਅਕਾਲ ਪੁਰਖ ਦੇ ਵਿੱਚ ਭਰੋਸਾ ਜਿਹਦੇ ਅੱਗੇ ਅਸੀਂ ਅਰਦਾਸ ਕਰ ਰਹੇ ਆ ਭਰੋਸਾ ਹੋਵੇਗਾ ਤੇ ਤੁਹਾਡੀ ਅਰਦਾਸ ਸਫਲ ਹੋਵੇ ਕਿ ਜੇਕਰ ਭਰੋਸਾ ਹੈ ਹੀ ਨਹੀਂ ਤਾਂ ਫਿਰ ਆਪਾਂ ਕਿਵੇਂ ਕਹਿ ਸਕਦੇ ਹਾਂ ਕਿ ਅਸੀਂ ਅਰਦਾਸ ਕੀਤੀ ਸੀ ਸਾਡੀ ਅਰਦਾਸ ਪੂਰੀ ਨਹੀਂ ਹੋਈ ਭਰੋਸਾ ਜ਼ਰੂਰ ਹੋਣਾ ਚਾਹੀਦਾ ਆ ਕਿ ਪਰਮਾਤਮਾ ਜਿਹਨੂੰ ਅਸੀਂ ਅਰਦਾਸ ਕਰਦੇ ਆ ਜਿਹਦੇ ਅੱਗੇ ਬੇਨਤੀ ਕਰਨ ਜਾ ਰਹੇ ਆ ਉਹਨੇ ਸਾਨੂੰ ਬਣਾ ਕੇ ਇੱਥੇ ਭੇਜਾਇਆ ਪੂਰੀ ਦੁਨੀਆ ਨੂੰ ਉਹ ਚਲਾਉਂਦਾ ਆ ਜਿਵੇਂ ਕਹਿੰਦੇ ਨਾ ਪੱਥਰਾਂ ਦੇ ਵਿੱਚ ਵੀ ਉਹ ਜਿਹੜੇ ਜੀਵ ਜੰਤੂ ਆ ਉਹਨਾਂ ਨੂੰ ਰਿਜ਼ਕ ਪਚਾਉਂਦਾ ਆ ਤੇ ਉਹ ਸਭ ਕੁਝ ਕਰਨ ਦੇ ਸਮਰੱਥ ਆ ਸਾਡੀ ਜਿਹੜੀ ਲੋੜ ਆ ਇਹ ਬਹੁਤ ਹੀ ਤੁਸ਼ਿਆ ਨਿੱਕੀ ਮੋਟੀ ਜੀ ਆ ਤੇ ਇਹਨੂੰ ਜ਼ਰੂਰ ਪੂਰਾ ਕਰੇਗਾ ਇਹ ਹੈਗਾ ਹੈ ਭਰੋਸਾ ਜ਼ਰੂਰ ਕਰੇਗਾ ਫਿਰ ਆਉਂਦਾ ਹੈ ਸਬਰ ਬੰਦੇ 'ਚ ਸਬਰ ਹੋਣਾ ਜ਼ਰੂਰੀ ਹੈ ਜੇਕਰ ਤੁਹਾਡੀ ਜਿਹੜੀ ਅਰਦਾਸ ਕੀਤੀ ਹੋਈ ਹੈ ਉਹ ਪੂਰੀ ਜ਼ਰੂਰ ਹੋਵੇਗੀ ਉਹਦੇ ਵਾਸਤੇ ਸਬਰ ਹੋਣਾ ਵੀ ਜ਼ਰੂਰੀ ਹੈ ਅੱਜ ਜਨਾਈ ਤਾਂ ਕੱਲ ਤੁਹਾਡੀ ਕੀਤੀ ਹੋਈ ਅਰਦਾਸ ਜ਼ਰੂਰ ਪੂਰੀ ਹੋਵੇਗੀ ਉਹ ਹੋ ਸਕਦਾ ਹੈ ਕਿ ਉਸ ਦਰਮਿਆਨ ਜਿਹੜਾ ਸਮਾਂ ਆ ਉਹਦੇ ਵਿੱਚ ਬੰਦੇ ਨੂੰ ਕਈ ਕੁਝ ਸਹਿਣਾ ਵੀ ਪੈ ਸਕਦਾ ਆ ਪਰ ਉਹ ਜਿਹੜੀਆਂ ਚੀਜ਼ਾਂ ਜਿਨ੍ਹਾਂ ਨੂੰ ਕਹਿ ਦਿੰਦੇ ਆ ਲੈਸਨਸ ਐਕਸਪੀਰੀਐਂਸਸ ਜਾਂ ਫਿਰ ਜੋ ਵੀ ਹੈ ਆਪਾਂ ਨੂੰ ਬਹੁਤ ਕੁਝ ਸਿਖਾ ਕੇ ਜਾਂਦੇ ਆ ਸਮਾਂ ਭੈਣ ਤੇ ਆਪਾਂ ਨੂੰ ਪਤਾ ਲੱਗ ਜਾਂਦਾ ਹੈ ਇਹ ਚੀਜ਼ਾਂ ਜ਼ਰੂਰੀ ਕਿਉਂ ਸੀ ਜਾਂ ਤਾਂ ਬੰਦੇ ਦੀ ਅਰਦਾਸ ਜ਼ਰੂਰ ਪੂਰੀ ਹੁੰਦੀ ਹੈ ਜਾਂ ਫਿਰ ਬੰਦੇ ਨੂੰ ਅਖੀਰ ਤੇ ਪਤਾ ਲੱਗ ਜਾਂਦਾ ਹੈ ਕਿ ਜੇ ਇਹ ਕੰਮ ਸਾਡੇ ਨਾਲ ਨਹੀਂ ਹੋਇਆ ਤਾਂ ਇਹਦੇ ਪਿੱਛੇ ਵੀ ਫਾਇਦਾ ਉਹ ਫਾਇਦਾ ਕੀ ਸੀ ਪਰਮਾਤਮਾ ਦੇ ਵਿੱਚ ਪ੍ਰੋਸੇ ਦੇ ਨਾਲ ਨਾਲ ਸਬਰ ਹੋਣਾ ਵੀ ਬੇਹਣ ਜਿਹੜਾ ਲਾਜ਼ਮੀ ਹੈ ਜ਼ਰੂਰੀ ਹੈ ਫਿਰ ਆਉਂਦਾ ਹੈ ਆਤਮ ਵਿਸ਼ਵਾਸ ਆਤਮ ਵਿਸ਼ਵਾਸ ਆਪਣੇ ਆਪ ਦੇ ਵਿੱਚ ਵਿਸ਼ਵਾਸ ਕਿ ਅਸੀਂ ਪਰਮਾਤਮਾ ਦੇਗੇ ਅਰਦਾਸ ਕਰ ਲਈਏ ਆਪਾਂ ਖੁਦ ਵੀ ਉਹਦਾ ਰੂਪ ਆ ਉਹਦਾ ਅੰਸ਼ ਆ ਇਸ ਧਰਤੀ ਤੇ ਜਿਹੜੇ ਭੇਜੇ ਹੋਇਆ ਸਾਡੇ ਵਿੱਚ ਉਹ ਆ ਅੱਗੇ ਜਿਹੜੀ ਦੁਨੀਆ ਤੁਰੇ ਫਿਰਦੀ ਸਭ ਦੇ ਵਿੱਚ ਉਹ ਆ ਕਣ ਕਣ ਦੇ ਵਿੱਚ ਮੌਜੂਦ ਆ ਤੇ ਜਦੋਂ ਆਪਾਂ ਅਰਦਾਸ ਕਰ ਦਿੱਤੀ ਪਰਮਾਤਮਾ ਦੀ ਜਿਹੜੀ ਸ਼ਕਤੀ ਹੈ ਜਿਹੜੀ ਉਹ ਇੱਕ ਜੋਤ ਆ ਉਹ ਸਾਡੇ ਵਿੱਚ ਵੀ ਉਹੀ ਚੱਲ ਰਹੀ ਹੈ ਆਪਾਂ ਅਰਦਾਸ ਕਰ ਦਿੱਤੀ ਉਹਨੇ ਸਾਨੂੰ ਸ਼ਕਤੀ ਬਖਸ਼ੀ ਹੈ ਵਿਸ਼ਵਾਸ ਦੀ ਜਿਹੜੀ ਇੱਕ ਵੱਡੀ ਸ਼ਕਤੀ ਹੈ ਅਰਦਾਸ ਕਰਨ ਤੋਂ ਬਾਅਦ ਉਸ ਕੰਮ ਦੇ ਵਾਸਤੇ ਜੋਟੇ ਜਾਵੋ ਆਪਣੇ ਮਨ ਤਨ ਤੋਂ ਉਹ ਕੰਮ ਜ਼ਰੂਰ ਪੂਰਾ ਹੋਵੇਗਾ ਆਪਾਂ ਪ੍ਰਮਾਤਮਾ 'ਗਿਰਦਾਸ ਕੀਤੀ ਹੈ ਉਹ ਸਾਡੀ ਹਰ ਜਗ੍ਹਾ ਹਰ ਪੈਰ ਤੇ ਸਹਾਇਤਾ ਕਰੇਗਾ ਤੇ ਅਸੀਂ ਉਸ ਕੰਮ ਨੂੰ ਪੂਰਾ ਕਰਾਂਗੇ ਕਿਉਂ ਕਿਉਂਕਿ ਸਾਡੇ ਸਿਰ ਦੇ ਉੱਤੇ ਪ੍ਰਮਾਤਮਾ ਦਾ ਹੱਥ ਹੈਗਾ ਆ ਅਖੀਰ ਤੇ ਆਉਂਦਾ ਹੈ ਸ਼ੁਕਰਾਨਾ ਹਰ ਵਕਤ ਸ਼ੁਕਰਾਨਾ ਕਰਦੇ ਰਹੋ ਦਿਨ ਦੇ ਵਿੱਚ ਸਾਨੂੰ ਕਿੰਨਾ ਕੁਝ ਮਿਲਿਆ ਆ ਆਪਣੇ ਸਰੀਰ ਨੂੰ ਹੀ ਦੇਖ ਲਓ ਆਪਾਂ ਚੱਲਦੇ ਫਿਰਦੇ ਆਂ ਬੰਦੇ ਨੂੰ ਸੋਹਣਾ ਰੂਪ ਦਿੱਤਾ ਆ ਪਰਿਵਾਰ ਮਿਲਿਆ ਆ ਕੰਮ ਕਾਜ ਮਿਲਿਆ ਆ ਜਾਂ ਫਿਰ ਰੋਟੀ ਮਿਲੀ ਆ ਰੋਟੀ ਤੋਂ ਵੱਧ ਕੇ ਤਾਂ ਕੁਝ ਨਹੀਂ ਹੁੰਦਾ ਇਹਨਾਂ ਸਾਰੀਆਂ ਚੀਜ਼ਾਂ ਦੇ ਵਾਸਤੇ ਸ਼ੁਕਰਾਨਾ ਕਰਦੇ ਰਹੋ ਸ਼ੁਕਰ ਕਰਨ ਦੇ ਨਾਲ ਵੀ ਇੱਕ ਬਹੁਤ ਵੱਡਾ ਵਿਸ਼ਵਾਸ ਜਿਹੜਾ ਆ ਉਹ ਪੈਦਾ ਹੋ ਜਾਂਦਾ ਆ ਤੇ ਅਰਦਾਸ ਵੇਲੇ ਇਹ ਸਾਰੀਆਂ ਜੜੀਆਂ ਚੀਜ਼ਾਂ ਆ ਨਿਮਰਤਾ ਸਬਰ ਵਿਸ਼ਵਾਸ ਭਰੋਸਾ ਤੇ ਸ਼ੁਕਰਾਨਾ ਇਹ ਚੀਜ਼ਾਂ ਨੂੰ ਜ਼ਰੂਰ ਆਪਣੇ ਅੰਦਰ ਧਾਰਨ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਹੁਣ ਆਪਾਂ ਗੱਲ ਕਰਦੇ ਹਾਂ ਇਤਿਹਾਸ ਦੇ ਵਿੱਚੋਂ ਅਰਦਾਸ ਦੇ ਵਿੱਚ ਵਿਸ਼ਵਾਸ ਦੀ ਕਿ ਅਰਦਾਸ ਕਿੰਨੀ ਜ਼ਰੂਰੀ ਆ ਨਾ ਸ਼ਹਿਰੇ ਦੀ ਜੰਗ ਵੇਲੇ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਅਗਲੀ ਫੌਜ ਦੇ ਉੱਤੇ ਦੁਸ਼ਮਣੀ ਫੌਜ ਉੱਤੇ ਚੜ੍ਹਾਈ ਕਰਨੀ ਸੀ ਤਾਂ ਉਹਦੀ ਜਿਹੜੀ ਅਗਲੇ ਦਸਤੇ ਦੀ ਕਮਾਨ ਸੀ ਉਹ ਉਦੋਂ ਦੇ ਜਿਹੜੇ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਦੇ ਹੱਥ ਵਿੱਚ ਸੀ ਤੇ ਅਕਾਲੀ ਫੂਲਾ ਸਿੰਘ ਜੀ ਨੇ ਇਹ ਜੜੀ ਜੰਗ ਤੇ ਜਾਣ ਤੋਂ ਪਹਿਲਾਂ ਅਰਦਾਸਾ ਸੋਧ ਦਿੱਤਾ ਸੀ ਅਰਦਾਸ ਕੀਤੀ ਸੀ ਅਕਾਲ ਪੁਰਖ ਦੇ ਅੱਗੇ ਤੇ ਉਧਰੋਂ ਮਹਾਰਾਜਾ ਰਣਜੀਤ ਸਿੰਘ ਨੂੰ ਖੂਫੀਆ ਖਬਰ ਮਿਲੀ ਕਿ ਅੱਗੇ ਪਠਾਣੀ ਦਲ ਬਹੁਤ ਤਕੜਾ ਆ ਮਹਾਰਾਜਾ ਰਣਜੀਤ ਸਿੰਘ ਨੇ ਅਕਾਲੀ ਫੂਲਾ ਸਿੰਘ ਜੀ ਨੂੰ ਕਿਹਾ ਕਿ ਜੰਗ ਨੂੰ ਕੁਝ ਸਮੇਂ ਵਾਸਤੇ ਟਾਲ ਦਿੱਤਾ ਜਾਵੇ ਕਿਉਂਕਿ ਅੱਗੇ ਜੰਗ ਜੜੀ ਬਹੁਤ ਭਾਰੀ ਹੈ ਆਪਣਾ ਨੁਕਸਾਨ ਹੋ ਸਕਦਾ ਆ ਥੋੜਾ ਸਮਾਂ ਵਾਸਤੇ ਆਪਾਂ ਜੰਗ ਨੂੰ ਟਾਲ ਦਿੰਨੇ ਆ ਰਹਿਣ ਦਿੰਨੇ ਆ ਪਰ ਅਕਾਲੀ ਫੂਲਾ ਸਿੰਘ ਜੀ ਨੇ ਅჯਿਹ ਕਰਨ ਤੋਂ ਮਨਾ ਕਰ ਦਿੱਤਾ ਕਿਉਂ ਕਿਉਂਕਿ ਉਹਨਾਂ ਦਾ ਜਵਾਬ ਸੀ ਕਿ ਅਸੀਂ ਅਰਦਾਸਾ ਸੋਧ ਚੁੱਕੇ ਆਂ ਫਤਿਹ ਹੁਣ ਗੁਰੂ ਨੇ ਬਖਸ਼ਿਸ਼ ਕਰਨੀ ਹੈ ਯਾਨੀ ਕਿ ਉਹਨਾਂ ਦਾ ਮਤਲਬ ਸੀ ਕਿ ਅਰਦਾਸ ਕਰ ਦਿੱਤੀ ਗਈ ਹੈ ਅਰਦਾਸ ਤੋਂ ਬਾਅਦ ਪੂਰੇ ਫੌਜੇ ਨੇ ਉਹਨਾਂ ਨੇ ਅਰਦਾਸ ਕੀਤੀ ਤੇ ਅਰਦਾਸ ਤੋਂ ਬਾਅਦ ਹੁਣ ਜਿਹੜੀ ਜਿੱਤ ਆ ਉਹ ਕਾਲਪੁਰਖ ਨੇ ਬਖਸ਼ਿਸ਼ ਕਰਨੀ ਹੈ ਅਰਦਾਸ ਕਰਨ ਤੋਂ ਬਾਅਦ ਉਹਨਾਂ ਨੂੰ ਪਰਮਾਤਮਾ ਦਾ ਸਾਥ ਮਿਲ ਚੁੱਕਿਆ ਸੀ ਉਹ ਹੁਣ ਜੰਗ ਤੋਂ ਪਿੱਛੇ ਪੈਰ ਨਹੀਂ ਸੀ ਪੱਟ ਸਕਦੇ ਇਹ ਹੁੰਦੀ ਹੈ ਅਰਦਾਸ ਦੀ ਤਾਕਤ ਇਸੇ ਤਰ੍ਹਾਂ ਭਾਈ ਮਹਿਤਾਬ ਸਿੰਘ ਭਾਈ ਸੁਖਾ ਸਿੰਘ ਜਦੋਂ ਬੀਕਾਨੇਰ ਤੋਂ ਆਕੇ ਹਰਮੰਦਰ ਸਾਹਿਬ ਦੀ ਬੇਅਦਬੀ ਦਾ ਬਦਲਾ ਲੈਂਦੇ ਨੇ ਅਰਦਾਸਾ ਸੋਧ ਕੇ ਚੱਲਦੇ ਨੇ ਉਹਨਾਂ ਦਾ ਉਹ ਕਾਰਜ ਵੀ ਸਫਲ ਹੁੰਦਾ ਆ ਇਸੇ ਤਰ੍ਹਾਂ ਹੀ ਇਤਿਹਾਸ ਦੇ ਵਿੱਚ ਹੋਰ ਬਹੁਤ ਸਾਰੇ ਜ਼ਿਕਰ ਆਉਂਦੇ ਨੇ ਸਾਰੇ ਜਿਹੜੇ ਕੰਮ ਕਰਿਆ ਗੁਰੂਆਂ ਤੋਂ ਲੈ ਕੇ ਅੱਗੇ ਸ਼ਹੀਦਾਂ ਤੱਕ ਸਿੰਘਾਂ ਤੱਕ ਸਾਰੇ ਕੰਮ ਅਰਦਾਸਾ ਸੋਧ ਕੇ ਤੇ ਕੀਤੇ ਜਾਂਦੇ ਸੀ ਉਹਨਾਂ ਦੇ ਵਿੱਚ ਵਿਸ਼ਵਾਸ ਵੀ ਹੁੰਦਾ ਸੀ ਅਕਾਲ ਪੁਰਖ ਦੇ ਪ੍ਰਤੀ ਚਾਹੇ ਕੰਮ ਕਿੰਨਾ ਮਰਜੀ ਔਖਾ ਹੋਵੇ ਵੱਡਾ ਹੋਵੇ ਉਹ ਕੰਮ ਸਫਲ ਵੀ ਫਿਰ ਹੁੰਦਾ ਸੀ ਹੁਣ ਗੱਲ ਕਰਦੇ ਹਾਂ ਕਿ ਜਿਹੜੇ ਕਹਿੰਦੇ ਆ ਕਿ ਅਰਦਾਸ ਕਰਨੀ ਕਿਉਂ ਜ਼ਰੂਰੀ ਹੈ ਕੀ ਲੋੜਿਆ ਜੇ ਸਾਰਾ ਕੁਝ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਲਿਖਿਆ ਆ ਸਾਨੂੰ ਪਾਣਾ ਮੰਨਣ ਦਾ ਜਿਹੜਾ ਕਿਹਾ ਗਿਆ ਆ ਜ਼ਰੂਰ ਸਾਨੂੰ ਪਾਣਾ ਮੰਨਣਾ ਚਾਹੀਦਾ ਆ ਆਕਾਲਪੁਰਖ ਦੇ ਹੁਕਮ ਦੇ ਚ ਰਹਿਣਾ ਚਾਹੀਦਾ ਆ ਪਰ ਇਹਦਾ ਮਤਲਬ ਇਹ ਨਹੀਂ ਕਿ ਅਰਦਾਸ ਨਾ ਕਰੋ ਅਰਦਾਸ ਵੀ ਕਰਨੀ ਚਾਹੀਦੀ ਹੈ ਜਿੱਥੇ ਪ੍ਰਮਾਤਮਾ ਨੇ ਪਾਣਾ ਮੰਨਣ ਦਾ ਹੁਕਮ ਦਿੱਤਾ ਆ ਉਥੇ ਨਾਲ ਹੀ ਇਹ ਵੀ ਤਾਂ ਕਿਹਾ ਆ ਜਿਏ ਕੀ ਬਿਰਥਾ ਹੋਏ ਸੋ ਗੁਰਪਹਿ ਅਰਦਾਸ ਕਰ ਛੋੜ ਸਿਆਨ ਸਗਲ ਮਨ ਤਨ ਅਰਪਤਾਰ ਗੁਰੂ ਸਾਹਿਬ ਕਹਿੰਦੇ ਆ ਕਿ ਬੰਦੇ ਨੂੰ ਕਹਿੰਦੇ ਕਿ ਆਪਣੇ ਮਨ ਦਾ ਜੋ ਵੀ ਦੁੱਖ ਦਰਦ ਤਕਲੀਫ ਆ ਕੋਈ ਵੀ ਗੱਲ ਆ ਉਹਨੂੰ ਤੁਸੀਂ ਆਪਣੇ ਪ੍ਰਭੂ ਪਰਮਾਤਮਾ ਦੇ ਅੱਗੇ ਬਿਆਨ ਕਰ ਦੇਵੋ ਉਹਨੂੰ ਦੱਸੋ ਉਹ ਤੁਹਾਡੀ ਸਹਾਇਤਾ ਜ਼ਰੂਰ ਕਰੇਗਾ ਪਰ ਇਹਦੇ ਵਾਸਤੇ ਕਰਨਾ ਕੀ ਪਵੇਗਾ ਆਪਣੇ ਮਨ ਦੀਆਂ ਆਪਣੇ ਜੜੀਆਂ ਵੀ ਤੁਹਾਡੀਆਂ ਸਿਆਣਪਾਂ ਚਤੁਰਾਈਆਂ ਆ ਚਲਾਕੀਆਂ ਆ ਉਹਨਾਂ ਸਭ ਨੂੰ ਛੱਡ ਦਿਓ ਆਪਣਾ ਮਨ ਤਾਂ ਅੱਗੇ ਅਰਪ ਕਰਕੇ ਫਿਰ ਹੀ ਅਰਦਾਸ ਕਰੋ ਉਹੀ ਸਾਰੇ ਗੁਣ ਆਗੇ ਨਿਮਰਤਾ ਇਹ ਚਲਾਕੀਆਂ ਚੁਸਤੀਆਂ ਛੱਡ ਦੇਵੋ ਮਨ ਤਾਂ ਆਪਣਾ ਚੰਗੀ ਤਰ੍ਹਾਂ ਅਗਲੇ ਗੁਰੂ ਦੇ ਅੱਗੇ ਅਰਪਣ ਕਰਕੇ ਫਿਰ ਅਰਦਾਸ ਕਰੋ ਉਹਦੇ ਵਿੱਚ ਭਰੋਸਾ ਹੋਣਾ ਚਾਹੀਦਾ ਆ ਅਰਦਾਸ ਕਰਨੀ ਚਾਹੀਦੀ ਹੈ ਇਸੇ ਤਰ੍ਹਾਂ ਇੱਕ ਹੋਰ ਆਪਾਂ ਨੂੰ ਹਵਾਲਾ ਮਿਲਦਾ ਹੈ ਗੁਰਬਾਣੀ ਦੇ ਵਿੱਚੋਂ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਕਿ ਪ੍ਰਮਾਤਮਾ ਦੀ ਜਿਹੜੀ ਅਰਦਾਸ ਆ ਉਹ ਸਫਲ ਹੁੰਦੀ ਹੈ ਉਸ ਪਰਮਾਤਮਾ ਦੇ ਦਰ ਦੇ ਹਮੇਸ਼ਾ ਸੇਵਕ ਬਣੇ ਰਹੋ ਤੇ ਸੇਵਕ ਦੀ ਅਰਦਾਸ ਜਿਹੜੀ ਹੈ ਉਹ ਕਦੇ ਖਾਲੀ ਨਹੀਂ ਹੁੰਦੀ ਆਪਾਂ ਉਹਦੇ ਦਰ ਤੋਂ ਕਦੇ ਖਾਲੀ ਮੁੜ ਕੇ ਨਹੀਂ ਆਉਂਦੇ ਪਰਮਾਤਮਾ ਜ਼ਰੂਰ ਸਹਾਇਤਾ ਕਰਦਾ ਆ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਸਿੱਖਾਂ ਦੇ ਵਿੱਚ ਜਿਹੜੀ ਅਰਦਾਸ ਦੀ ਪਰੰਪਰਾ ਹੈ ਇਹ ਪਹਿਲੇ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਜੀ ਤੋਂ ਹੀ ਸ਼ੁਰੂ ਹੋ ਗਈ ਸੀ ਏਨੀ ਕਿ ਬਾਅਦ ਵਿੱਚ ਜਾ ਕੇ ਸ਼ੁਰੂ ਹੋਈ ਹੈ ਜਦੋਂ ਗੁਰੂ ਨਾਨਕ ਸਾਹਿਬ ਜੀ ਤਲਵੰਡੀ ਤੋਂ ਸੁਲਤਾਨਪੁਰ ਲੋਧੀ ਵੱਲ ਜਾਣ ਵਾਸਤੇ ਤਿਆਰ ਹੋਏ ਸੀ ਤਾਂ ਰਾਏ ਬੁਲਾਰ ਜੀ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਕਿਹਾ ਸੀ ਕਿ ਪਾਤਸ਼ਾਹ ਜਾਂਦੇ ਜਾਂਦੇ ਆਪਣੇ ਸੇਵਕ ਨੂੰ ਕੋਈ ਉਪਦੇਸ਼ ਦੇ ਜਾਵੋ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਰਾਏ ਬੁਲਾਰ ਨੂੰ ਕਿਹਾ ਸੀ ਕਿ ਰਾਏ ਜੀ ਜਦੋਂ ਤੁਹਾਡਾ ਆਪਣਾ ਬਲ ਕੰਮ ਨਾ ਕਰੇ ਤਾਂ ਦੋਵੇਂ ਹੱਥ ਜੋੜ ਕੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਨੀ ਇਹਨਾਂ ਸਾਰੀਆਂ ਦਾਤਾਂ ਤੋਂ ਬਿਨਾ ਇੱਕ ਹੋਰ ਜਿਹੜੀ ਗੁਰਬਾਣੀ ਦੇ ਵਿੱਚੋਂ ਫੁਰਮਾਨ ਮਿਲਦਾ ਆ ਕਿ ਇਹ ਅਰਦਾਸ ਹਮਾਰੀ ਸੁਆਮੀ ਵਿਸਰ ਨਹੀਂ ਸੁਖ ਦਾਤੇ ਅੱਜ ਬੇਨਤੀ ਕੀਤੀ ਗਈ ਹੈ ਪ੍ਰਮਾਤਮਾ ਨੂੰ ਕਿ ਸਾਨੂੰ ਜਿਹੜਾ ਨਾਮ ਆ ਪ੍ਰਮਾਤਮਾ ਦਾ ਉਹ ਕਦੇ ਨਾ ਵਿਸਰੇ ਅਸੀਂ ਹਮੇਸ਼ਾ ਉਸ ਸੱਚੇ ਦੇ ਵਿੱਚ ਜੁੜੇ ਰਹੀਏ ਨਾਮ ਦੀ ਦਾਤ ਸਿੱਖ ਧਰਮ ਦੇ ਵਿੱਚ ਸਭ ਤੋਂ ਉੱਚੀ ਸਭ ਤੋਂ ਉੱਤਮ ਦਾਤ ਆ ਇਸੇ ਤਰ੍ਹਾਂ ਅਗੇ ਕਿਹਾ ਗਿਆ ਆ ਨਾਨਕ ਕੀ ਅਰਦਾਸ ਸੁਣੀ ਜੇ ਕੇਵਲ ਨਾਮ ਹਿਰਦੈ ਮਹਿ ਦੀਜੈ ਇਦੇ ਵਿੱਚ ਵੀ ਹੁਣ ਨਾਮ ਦੀ ਦਾਤ ਮੰਗੀ ਗਈ ਹੈ ਜਿਹੜੀ ਸਭ ਤੋਂ ਉੱਤਮ ਦਾਤ ਹੈ ਕਿ ਸਾਡੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਮ ਵਸ ਜਾਵੇ ਸਾਨੂੰ ਇਹ ਜਿਹੜੀ ਦਾਤ ਹੈ ਉਹ ਮਿਲ ਜਾਵੇ ਤੇ ਜਿਹੜਾ ਬੰਦਾ ਇੱਕ ਵਾਰ ਨਾਮ ਦੇ ਨਾਲ ਜੁੜ ਗਿਆ ਜਿਹਨੂੰ ਨਾਮ ਦੀ ਦਾਤ ਮਿਲ ਗਈ ਬਾਕੀ ਸਭ ਕੁਝ ਤਾਂ ਉਹਨੂੰ ਆਪਣੇ ਆਪ ਹੀ ਮਿਲ ਜਾਂਦਾ ਹੈ ਸਾਰੀਆਂ ਚੀਜ਼ਾਂ ਪਿੱਛੇ ਰਹਿ ਜਾਂਦੀਆਂ ਨੇ ਛੋਟੀਆਂ ਰਹਿ ਜਾਂਦੀਆਂ ਨੇ ਤੇ ਬਾਕੀ ਜਿਹੜੀਆਂ ਅਸੀਂ ਦੁਨਿਆਵੀ ਚੀਜ਼ਾਂ ਦੀ ਗੱਲਾਂ ਕਰਦੇ ਆ ਉਹ ਤਾਂ ਬਹੁਤ ਛੋਟੀਆਂ ਆ ਤੁੱਛ ਹੁੰਦੀਆਂ ਨੇ ਜਿਹੜਾ ਪਰਮਾਤਮਾ ਸਾਨੂੰ ਇੰਨੀ ਵੱਡੀ ਸਭ ਤੋਂ ਉੱਤਮ ਦਾਤ ਦੇ ਸਕਦਾ ਹੈ ਤੇ ਆ ਛੋਟੀਆਂ ਮੋਟੀਆਂ ਚੀਜ਼ਾਂ ਜਿਹੜੀਆਂ ਲੋੜਾਂ ਆ ਸਾਡੀਆਂ ਉਹ ਨਹੀਂ ਪੂਰੀਆਂ ਕਰ ਸਕਦਾ ਉਹ ਕਰਦਾ ਆ ਸਾਨੂੰ ਸਮਝ ਨਹੀਂ ਆਉਂਦੀ ਤੇ ਜਿਹੜੀ ਅਸੀਂ ਅਰਦਾਸ ਕਰਦੇ ਆ ਉਹ ਵੀ ਸਾਡੀ ਪੂਰੀ ਜ਼ਰੂਰ ਹੁੰਦੀ ਹੈ ਪਰ ਸਾਡਾ ਕੀ ਫਾਇਦਾ ਹੈ ਕਿਦੇ ਵਿੱਚ ਨੁਕਸਾਨ ਹੈ ਉਹ ਸਾਡੇ ਉਸ ਪਰਮਾਤਮਾ ਸਾਡੇ ਪਿਤਾ ਨੂੰ ਪਤਾ ਹੈ ਜਿਦਾਂ ਇੱਕ ਛੋਟੇ ਜਿਹੇ ਬੱਚੇ ਵਾਸਤੇ ਕੀ ਸਹੀ ਹੁੰਦਾ ਹੈ ਕੀ ਗਲਤ ਹੁੰਦਾ ਹੈ ਉਹਦੇ ਮਾਤਾ ਪਿਤਾ ਜਾਣਦੇ ਆ ਸਾਡੇ ਵਾਸਤੇ ਵੀ ਕੀ ਗਲਤ ਹੈ ਕੀ ਸਹੀ ਹੈ ਸਾਡਾ ਅਕਾਲ ਪੁਰਖ ਪਰਮ ਪਿਤਾ ਜਿਹੜਾ ਹੈ ਉਹ ਜਾਣਦਾ ਹੈ ਤੇ ਬਾਕੀ ਰਹਿੰਦੀ ਗੱਲ ਅਰਦਾਸ ਕੀਤਿਆਂ ਜ਼ਰੂਰੀ ਨਹੀਂ ਕਿ ਜੇ ਤੁਹਾਡੀਆਂ ਜੜੀਆਂ ਆਪਣੀਆਂ ਮਨ ਇਛਿਤ ਖਵਾਇਸ਼ਾਂ ਆ ਇਹ ਪੂਰੀਆਂ ਹੋਣ ਚਾਹੇ ਨਾ ਹੋਣ ਪਰ ਅਰਦਾਸ ਕਰਨ ਦੇ ਨਾਲ ਜੋ ਆਤਮਿਕ ਲਾਭ ਬੰਦੇ ਨੂੰ ਪ੍ਰਾਪਤ ਹੁੰਦੇ ਨੇ ਉਹ ਇਹਨਾਂ ਦੁਨਿਆਵੀ ਚੀਜ਼ਾਂ ਤੋਂ ਕਿਤੇ ਉੱਤਮ ਦਰਜਾ ਰੱਖਦੇ ਨੇ ਤੇ ਬਾਕੀ ਜਿਹੜਾ ਕਹਿ ਦਿੱਤਾ ਜਾਂਦਾ ਹੈ ਨਾ ਕਿ ਜ਼ਿੰਦਗੀ ਦੇ ਵਿੱਚ ਜੇ ਦੁੱਖ ਮਿਲੇ ਆ ਤਾਂ ਉਹ ਭੋਗਣੇ ਹੀ ਪੈਣਿਆ ਪਰ ਜਦੋਂ ਬੰਦਾ ਪ੍ਰਮਾਤਮਾ ਦੇ ਨਾਲ ਜੋੜੀ ਗਿਆ ਜਦੋਂ ਸਾਨੂੰ ਪਤਾ ਹੀ ਲੱਗ ਗਿਆ ਕਿ ਅਸੀਂ ਉਹਦੇ ਅੰਛਿਆ ਉਸੇ ਕਾਲਪੁਰਖ ਦਾ ਰੂਪਿਆਂ ਜਿਹੜੀ ਜੋਤ ਉਹਦੇ ਵਿੱਚ ਹੈ ਉਹੀ ਜੋਤ ਸਾਡੇ ਵਿੱਚ ਹੈ ਜਿਹੜੀ ਤਾਕਤ ਉਹਦੇ ਵਿੱਚ ਚੱਲ ਰਹੀ ਹੈ ਉਹੀ ਤਾਕਤ ਜਾਂ ਸ਼ਕਤੀ ਸਾਡੇ ਵਿੱਚ ਚੱਲ ਰਹੀ ਹੈ ਤਾਂ ਫਿਰ ਇਹ ਜਿਹੜੇ ਦੋਖਿਆ ਦੁੱਖ ਨਹੀਂ ਜਾਪਦੇ ਇਹ ਦੁੱਖ ਵੀ ਤੁਸ਼ ਜਾਪਦੇ ਆ ਇਹ ਦੁੱਖ ਬੰਦੇ ਨੂੰ ਸਹਿਣ ਦੀ ਆਦਤ ਪੈ ਜਾਂਦੀ ਹੈ ਤੇ ਅਰਦਾਸ ਕਰਨ ਦੇ ਨਾਲ ਜਿੱਦਾਂ ਕਹਿੰਦੇ ਨਾ ਪੋਜ਼ਿਟਿਵਿਟੀ ਉਹ ਪੋਜ਼ਿਟਿਵਿਟੀ ਬੰਦੇ ਦੇ ਵਿੱਚ ਆ ਜਾਂਦੀ ਹੈ ਬੰਦਾ ਚੜ੍ਹਦੀ ਕਲਾ ਦੇ ਵਿੱਚ ਰਹਿੰਦਾ ਆ ਅਰਦਾਸ ਦੇ ਵਿੱਚ ਵੈਸੇ ਵੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਜਾਂਦੀ ਹੈ ਸੋ ਅਰਦਾਸ ਕਰਨੀ ਬਿਹਤ ਜ਼ਰੂਰੀ ਹੈ ਕਿ ਜਿਹਦੇ ਵਿੱਚ ਅਸੀਂ ਵਿਸ਼ਵਾਸ ਕਰਦੇ ਆ ਸਾਡਾ ਜਿਹਦੇ ਵਿੱਚ ਨਿਸ਼ਚੈ ਆ ਉਹ ਪਰਮਾਤਮਾ ਉਹ ਸਾਡੇ ਨਾਲ ਹਮੇਸ਼ਾ ਅੰਗ-ਸੰਗ ਰਹਿੰਦਾ ਹੈ ਸਾਡੀ ਹਰ ਜਗ੍ਹਾ ਸਹਾਇਤਾ ਜ਼ਰੂਰ ਕਰਦਾ ਆ ਆਪਾਂ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਫਿਰ ਰਹਨੇ ਆਂ ਅਖੀਰ ਤੇ ਹੁਣ ਆਪਾਂ ਗੱਲ ਕਰ ਲੈਨੇ ਆ ਜਿਹੜੀ ਸਿੱਖ ਮਰਹਤ ਮਰਿਆਦਾ ਦੇ ਵਿੱਚ ਅਰਦਾਸ ਦੱਸੀ ਗਈ ਹੈ ਜਿਹੜੀਆਂ ਅਰਦਾਸ ਦੇ ਵਿੱਚ ਸਭ ਤੋਂ ਪਹਿਲਾਂ ਤਾਂ 10 ਗੁਰੂ ਸਾਹਿਬਾਨ ਗੁਰੂ ਗ੍ਰੰਥ ਸਾਹਿਬ ਜੀ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਸਾਰੇ ਜਿਹੜੇ ਸ਼ਹੀਦ ਸਿੰਘ ਸਿੰਗੜੀਆਂ ਹੋਇਆ ਪੰਜ ਤਖਤ ਬਾਕੀ ਦੇ ਸਾਰੇ ਗੁਰਦੁਆਰਾ ਸਾਹਿਬਾਨ ਇਹਨਾਂ ਸਾਰਿਆਂ ਨੂੰ ਯਾਦ ਕੀਤਾ ਜਾਂਦਾ ਹੈ ਫਿਰ ਇਹਨਾਂ ਤੋਂ ਬਿਨਾਂ ਜਿਹੜੀਆਂ ਦਾਤਾਂ ਮੰਗੀਆਂ ਜਾਂਦੀਆਂ ਨੇ ਸਿੱਖੀ ਦੀ ਦਾਤ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਤੇ ਸਭ ਤੋਂ ਉੱਚੀ ਦਾਤ ਨਾਮ ਦਾਨ ਇਹ ਮੰਗਿਆ ਜਾਂਦਾ ਹੈ ਇਸ ਤੋਂ ਅੱਗੇ ਸੰਗਤਾਂ ਅਰਦਾਸ ਦੇ ਵਿੱਚ ਚੜ੍ਹਦੀ ਕਲਾ ਦੀ ਅਰਦਾਸ ਕਰਦੀਆਂ ਆ ਸਰਬੱਤ ਦੇ ਭਲੇ ਦੀ ਅਰਦਾਸ ਕਰਦੀਆਂ ਆ ਮਨ ਨੀਵਾ ਮਤ ਉੱਚੀ ਦੀ ਅਰਦਾਸ ਕਰਦੀਆਂ ਆ ਇਹ ਸਾਰੀਆਂ ਚੀਜ਼ਾਂ ਸਾਡੀਆਂ ਜੜੀਆਂ ਅਸੀਂ ਮੰਗਦੇ ਆ ਨਾ ਪਰਮਾਤਮਾ ਦੇ ਕੋਲੋਂ ਉਹ ਤਾਂ ਬਹੁਤ ਥੱਲੇ ਰਹਿ ਜਾਂਦੀਆਂ ਨੇ ਇਹਨਾਂ ਚੀਜ਼ਾਂ ਤੋਂ ਬਾਅਦ ਕੁਝ ਮੰਗਣਾ ਰਹਿ ਹੀ ਨਹੀਂ ਜਾਂਦਾ ਆਪਾਂ ਕਦੇ ਇਹਨਾਂ ਚੀਜ਼ਾਂ ਵੱਲ ਧਿਆਨ ਨਹੀਂ ਦਿੰਦੇ ਆਪਾਂ ਸਿਰਫ ਥੋੜੀ ਜੀ ਚੀਜ਼ ਦੇ ਵਿੱਚ ਜਿੱਤੇ ਆਪਣੀਆਂ ਗੱਲਾਂ ਕਰਦੇ ਆ ਨਾ ਉਹੋ ਹੀ ਧਿਆਨ ਚ ਹੁੰਦੀਆਂ ਨੇ ਕਿ ਇਹ ਸਾਡੀ ਅਰਦਾਸ ਆ ਪਰ ਇਹ ਅਰਦਾਸ ਨੂੰ ਵੀ ਗੌਰ ਦੇ ਨਾਲ ਦੇਖਣਾ ਚਾਹੀਦਾ ਹੈ ਕਿ ਕਿੰਨੀਆਂ ਵੱਡੀਆਂ ਵੱਡੀਆਂ ਚੀਜ਼ਾਂ ਇਹਦੇ ਵਿੱਚ ਪਹਿਲਾਂ ਤੋਂ ਹੀ ਲਿਖੀਆਂ ਹੋਈਆਂ ਨੇ ਕਿਉਂਕਿ ਅਰਦਾਸ ਦਾ ਮੰਤਵ ਸਿਰਫ ਆਪਣੀਆਂ ਲੋੜਾਂ ਪਰਮਾਤਮਾ ਦੇ ਕੋਲੋਂ ਮੰਗਣਾ ਦਾਤਾ ਮੰਗਣਾ ਹੀ ਨਹੀਂ ਹੁੰਦਾ ਪਰਮਾਤਮਾ ਤੋਂ ਪਹਿਲਾਂ ਤੇ ਸਾਡੀਆਂ ਚੀਜ਼ਾਂ ਜਿਹੜੀਆਂ ਉਹ ਦਾਤਾ ਜੋ ਵੀ ਸਾਡੀਆਂ ਮੰਗਾ ਉਹ ਜਾਣਦਾ ਆ ਤੇ ਸਾਨੂੰ ਜਿਹੜੀਆਂ ਸਾਡੀਆਂ ਲੋੜਾਂ ਆ ਉਹ ਵੀ ਪਹਿਲਾਂ ਹੀ ਉਹਨਾਂ ਦੀ ਪੂਰਤੀ ਕਰ ਰਿਹਾ ਕੋਈ ਬੰਦਾ ਚੰਗਾ ਆ ਜਾਂ ਬੁਰਾ ਆ ਜਿਨ੍ਹਾਂ ਨੂੰ ਨਾਸਤਿਕ ਕਹਿ ਦਿੱਤਾ ਜਾਂਦਾ ਹੈ ਪਰਮਾਤਮਾ ਤਾਂ ਉਹਨਾਂ ਦੀਆਂ ਵੀ ਲੋੜਾਂ ਪੂਰੀਆਂ ਕਰਦਾ ਹੈ ਜਿਨ੍ਹਾਂ ਦੇ ਵਿੱਚ ਜਿਹੜੇ ਲੋਕ ਪਰਮਾਤਮਾ ਦੇ ਵਿੱਚ ਭਰੋਸਾ ਨਹੀਂ ਰੱਖਦੇ ਉਹ ਸਾਡੀਆਂ ਮੰਗਾਂ ਨੂੰ ਪਹਿਲਾਂ ਤੋਂ ਜਾਣਦਾ ਆ ਸਾਡੇ ਵਾਸਤੇ ਕੀ ਸਹੀ ਹੈ ਕੀ ਗਲਤ ਹੈ ਸਾਨੂੰ ਉਸ ਸਭ ਦੇ ਨਾਲ ਸਾਡੀਆਂ ਜ਼ਰੂਰਤਾਂ ਵੀ ਪੂਰੀਆਂ ਕਰਦਾ ਹੈ ਸੋ ਅਰਦਾਸ ਦਾ ਮਤਲਬ ਸਿਰਫ ਮੰਗਾਂ ਮੰਗਣੀਆਂ ਨਹੀਂ ਹੁੰਦਾ ਅਰਦਾਸ ਦਾ ਮਤਲਬ ਹੁੰਦਾ ਆ ਪਰਮਾਤਮਾ ਦੇ ਵਿੱਚ ਜਿਹੜੀ ਸਾਡੀ ਸ਼ਰਧਾ ਇੱਕ ਤਾਂ ਉਹ ਵਾਦੀ ਹੈ ਤੇ ਆਪਣਾ ਦਿਲ ਖੋਲਣ ਦਾ ਸਾਧਨ ਆ ਅਰਦਾਸ ਕਰਨਾ ਸੋ ਅਰਦਾਸ ਦਾ ਮੰਤਵ ਜਿਹੜਾ ਆ ਮਨੋਰਥ ਆ ਉਹ ਪ੍ਰਮਾਤਮਾ ਦੀ ਨੇੜਤਾ ਮਹਿਸੂਸ ਕਰਨਾ ਹੈ ਜਦੋਂ ਬੰਦਾ ਬਹੁਤ ਜ਼ਿਆਦਾ ਡਿੱਗਿਆ ਡੋਲਿਆ ਉਦਾਸ ਤੇ ਨਿਰਾਸ਼ ਮਹਿਸੂਸ ਕਰਦਾ ਆ ਤਾਂ ਫਿਰ ਉਹ ਅਰਦਾਸ ਕਰਦਾ ਹੈ ਤਾਂ ਇਹ ਅਰਦਾਸ ਸਾਡੇ ਮਨ ਨੂੰ ਇੱਕ ਥੰਮੀ ਦਾ ਸਹਾਰਾ ਦੇ ਕੇ ਮੁੜ ਤੋਂ ਖੜੀ ਕਰ ਦਿੰਦੀ ਹੈ ਜੀਵਨ ਦੇ ਵਿੱਚ ਇੱਕ ਨਵੀਂ ਉਮੰਗ ਨਵਾਂ ਉਤਸ਼ਾਹ ਨਵਾਂ ਖਿੜਾਉ ਪੈਦਾ ਕਰ ਦਿੰਦੀ ਹੈ ਸੋ ਅਰਦਾਸ ਜਿਹੜੀ ਇਹ ਜ਼ਰੂਰ ਕਰਨੀ ਚਾਹੀਦੀ ਹੈ ਪਰ ਅਰਦਾਸ ਦੇ ਵਿੱਚ ਸਾਡੀਆਂ ਹੀ ਮੰਗਾਂ ਨਹੀਂ ਹੋਣੀਆਂ ਚਾਹੀਦੀਆਂ ਅਰਦਾਸ ਦੇ ਵਿੱਚ ਸ਼ੁਕਰਾਨਾ ਜ਼ਰੂਰ ਹੋਣਾ ਚਾਹੀਦਾ ਹੈ ਸੋ ਉਮੀਦ ਕਰਦੇ ਹਾਂ ਕਿ ਸਾਡੀ ਅੱਜ ਦੀ ਵੀਡੀਓ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਕਿਸੇ ਦੇ ਕੋਈ ਸੁਝਾਅ ਜਾਂ ਵਿਚਾਰ ਹੋਣ ਉਹ ਕਮੈਂਟ ਕਰਕੇ ਜ਼ਰੂਰ ਦੱਸ ਸਕਦਾ ਹੈ ਤਾਜ਼ਾ ਖਬਰਾਂ ਤੇ ਨਵੀਆਂ ਜਾਣਕਾਰੀ ਭਰਪੂਰ ਵੀਡੀਓਜ਼ ਦੇਖਣ ਵਾਸਤੇ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਸੁਰਖਾਪ ਟੀਵੀ ਜੇਕਰ ਤੁਸੀਂ ਇਸ ਵੀਡੀਓ ਨੂੰ Facebook ਉੱਤੇ ਦੇਖ ਰਹੇ ਹੋ ਤਾਂ ਸਾਡਾ Facebook ਪੇਜ ਰਹਿਮਤ ਟੀਵੀ ਵੀ ਲਾਈਕ ਤੇ ਫੋਲੋ ਕਰ ਲਓ